सर हम दारसू प्रोडक्शन में सारा स्वागत है। पंजाब स्कूल एजुकेशन बोर्ड PSEB ਦਾ ਅੱਜ ਜਿਹੜਾ 12ਵੀਂ ਦਾ ਰਿਜ਼ਲਟ ਹੈ ਉਹ ਕਈ ਨਿਊਜ਼ ਚੈਨਲਸ ਕਹਿ ਰਹੇ ਅੱਜ ਆ ਜਾਏਗਾ। ਅੱਗੇ ਵੀਡੀਓ ਸਾਨੂੰ ਡਿਟੇਲ ਨਾਲ ਗੱਲ ਕਰਾਂਗੇ, ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਜਲਦੀ ਜਲਦੀ ਕਰ ਲਓ THP ਨੂੰ ਸਬਸਕ੍ਰਾਈਬ ਲੇਟੈਸਟ ਅਪਡੇਟਸ ਪਾਉਣ ਲਈ। ਹੁਣ ਆਪਾਂ ਗੱਲ ਕਰਦੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ। ਉੱਥੇ ਤੁਸੀਂ ਜਿਵੇਂ ਦੇਖਿਆ ਸੀਗਾ 10ਵੀਂ ਦਾ ਰਿਜ਼ਲਟ ਬਹੁਤ ਵਧੀਆ ਗਿਆ। ਨੇਹਾ ਵਰਮਾ ਲੁਧਿਆਣਾ ਦੀ ਇੱਕ ਕੁੜੀ ਸੀ, ਉਹਨਾਂ ਨੇ ਟੌਪ ਕੀਤਾ 99.54% ਲੈ ਕੇ। ਹੁਣ ਤੁਹਾਨੂੰ ਆਪਾਂ ਦਿਖਾਉਂਦੇ ਹਾਂ ਜਿਹੜੀ ਨਿਊਜ਼ ਚੈਨਲ ਵੱਲੋਂ ਜਿਹੜੀ ਕੀਤੀ ਗਈ ਹੈ ਗੱਲ। ਨਿਊਜ਼ ਚੈਨਲ ਵੱਲੋਂ ਦੇਖੋ ਤੁਸੀਂ ਕੀਤੀ ਗਈ ਹੈ ਇਹਨਾਂ ਦੀ ਗੱਲ ਇਹ ਕਿ ਤੁਸੀਂ ਪੰਜਾਬ PSEB ਕਲਾਸ 12th ਰਿਜ਼ਲਟ 2019 ਆ ਚੁੱਕੇ, 11:30 ਜਾਰੀ ਹੋਗਾ ਪੰਜਾਬ ਬੋਰਡ ਦਾ 12ਵੀਂ ਦਾ ਰਿਜ਼ਲਟ। PSEB.ac.in ਪਰ ਕਰੇ ਚੈੱਕ, ਇਹ ਲਿਖਿਆ ਇਹਨਾਂ ਨੇ ਕਿ ਅੱਜ ਇਹ ਚੈੱਕ ਅੱਜ ਆ ਜਾਏਗਾ। ਦੇਖਦੇ ਆਉਂਦਾ ਕਿ ਨਹੀਂ ਆਉਂਦਾ, ਉਸ ਤੋਂ ਬਾਅਦ ਤੁਹਾਨੂੰ ਦੇਖ ਲਓ ਸਾਰੀ ਇਹ ਪੋਸਟ। PSEB ਕਲਾਸ 12th ਰਿਜ਼ਲਟ ਸਕੂਲ ਇੰਜਾਮੇਸ਼ਨ ਬੋਰਡ ਪੰਜਾਬ ਅੱਜ ਸਵੇਰੇ 11:30 12ਵੀਂ ਕਾ 2019 ਕਾ ਰਿਜ਼ਲਟ ਘੋਸ਼ਿਤ ਕਰੇਗਾ। ਸਟੂਡੈਂਟ ਯਹਾਂ ਰਿਜ਼ਲਟ PSEB ਕੀ ਅਧਿਕਾਰਿਕ ਵੈਬਸਾਈਟ PSEB.ac.in ਪਰ ਚੈੱਕ ਕਰ ਸਕਦੇ ਹੈ। ਇਸਕੇ ਇਲਾਵਾ ਪੰਜਾਬ ਬੋਰਡ ਕੇ ਛਾਤਰ 10ਵੀਂ ਪ੍ਰੀਖਿਆ ਪਰਿਮਾਣ ਔਰ india.com ਔਰ exam.result.net ਪਰ ਵੀ ਚੈੱਕ ਕਰ ਸਕਦੇ ਹੈ। PSEB ਕੇ ਪ੍ਰਭਾਰਤ ਰਵਿੰਦਰ ਵਾਸੂ ਇਸ ਖਬਰ ਕੀ ਪੁੱਛ ਹੈ ਕਿ ਪੰਜਾਬ ਬੋਰਡ ਕਕਸ਼ਾ 12ਵੀਂ ਕੇ ਪਰਿਮਾਣ 11 ਮਈ ਕੋ ਕਰੀਬ 11:30 ਤੱਕ ਅਧਿਕਾਰਿਕ ਵੈਬਸਾਈਟ ਪਰ ਜਾਰੀ ਕਰੇਗੇ। ਇਹ ਸਾਰਾ ਇਹ ਦੱਸ ਰਹੇ ਨੇ ਕਿ ਤੁਸੀਂ ਚੈੱਕ ਕਿਵੇਂ ਸਕਦੇ ਹੋ ਚੈੱਕ, ਉਸ ਤੋਂ ਜਾਓਗੇ ਜਦੋਂ ਪਹਿਲੇ PSEB.ac ਦੀ ਵੈਬਸਾਈਟ 'ਤੇ ਲਿਖਿਆ ਹੋਏਗਾ PSEB.results2019-12 ਜਾਂ ਲਿਖਿਆ ਹੋਏਗਾ ਉੱਥੇ ਤੁਹਾਨੂੰ ਉਹ ਰਿਜ਼ਲਟਸ 'ਤੇ ਕਲਿੱਕ ਕਰੋਗੇ, ਫਿਰ PSEB/12th ਰਿਜ਼ਲਟ ਆਏਗਾ, ਉਹਨੂੰ ਕਲਿੱਕ ਕਰਕੇ ਰੋਲ ਨੰਬਰ ਦਰਜ ਕਰਿਓ ਜਾਂ ਤੁਸੀਂ ਆਪਣਾ ਨੇਮ ਦਰਜ ਕਰਿਓ, ਉਸ ਤੋਂ ਬਾਅਦ ਤੁਸੀਂ ਚੈੱਕਆਊਟ ਕਰਕੇ ਪ੍ਰਿੰਟ ਵੀ ਕਰ ਸਕਦੇ ਹੋ। ਥੈਂਕ ਯੂ, ਤੁਸੀਂ ਵੀਡੀਓ ਦੇਖੀ ਅਤੇ ਲਾਈਕ ਕਰ ਦਿਉ ਅਤੇ ਸਬਸਕ੍ਰਾਈਬ ਕਰ ਦਿਉ ਚੈਨਲ।